ਸਾਰੇ ਹੁਣ ਸਸਟੀਕਾਲ ਸਾਨੂੰ ਉਸਕਾ ਤੁਹਾਡਾ ਚੰਦ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਗੱਲ ਕਰਾਂਗੇ ਜੀ ਸੂਗੋ ਟਮਾਟੋ ਸੌਸ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀਡੀਓ ਆਪਾਂ ਕੋਸ਼ਿਸ਼ ਕੀਤੀ ਹੈ ਕਿ 2 ਮਿੰਟ ਦੇ ਵਿੱਚ ਜਿਹੜੀ ਸਾਰੀ ਵੀਡੀਓ ਜੀ ਖਤਮ ਕਰ ਦਿੱਤੀ ਜਾਵੇ ਤੇ ਜੇ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣੀਆਂ ਪਸੰਦ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਨੈਕਸਟ ਫਿਊਚਰ ਦੇ ਵਿੱਚ ਵੀ ਤੁਹਾਨੂੰ ਇਸ ਚੈਨਲ ਦੇ ਉੱਤੇ ਸਿਰਫ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਹਨ ਉਹ ਮਿਲਣੀਆਂ ਹਨ ਬਾਕੀ ਜਿਹੜੀ ਟਮਾਟੋ ਸੌਸ ਹੈ ਜੀ ਇਸ ਦਾ ਜਿਹੜਾ ਉਪਯੋਗ ਹੈ ਜੀ ਬਹੁਤ ਜ਼ਿਆਦਾ ਸਬਜ਼ੀ ਦੇ ਵਿੱਚ ਵੀ ਕੀਤਾ ਜਾਂਦਾ ਹੈ ਹਰ ਬੰਦਾ ਆਪਣੇ ਘਰ ਦੇ ਵਿੱਚ ਜਿਹੜੀਆਂ ਇਸੀਆਂ ਬੋਤਲਾਂ ਹੈ ਰੱਖਦਾ ਹੈ ਕੋਈ ਕੱਚਾ ਵਾਲੀ ਬੋਤਲ ਰੱਖਦਾ ਹੈ ਤੇ ਕੋਈ ਜਿਹੜੀ ਕਾਗਜ਼ ਵਾਲੀ ਬੋਤਲ ਰੱਖਦਾ ਹੈ ਬਾਕੀ ਜੇ ਤੁਸੀਂ ਵੀ ਸ਼ਕੀਨ ਹੋ ਇਸ ਨੂੰ ਬਾਜ਼ਾਰ ਦੇ ਵਿੱਚੋਂ ਖਰੀਦਦੇ ਜਾਂ ਘਰ ਦੇ ਵਿੱਚ ਇਸ ਨੂੰ ਸਬਜ਼ੀ ਵਗੈਰੇ ਦੇ ਵਿੱਚ ਪਾਉਣ ਦੇ ਜਾਂ ਵਰਤਣ ਦੇ ਤਾਂ ਤੁਹਾਡੇ ਵਾਸਤੇ ਜਿਹੜੀ ਹੈ ਜੇ ਖਬਰ ਬੁਰੀ ਹੋ ਸਕਦੀ ਹੈ ਕਿਉਂਕਿ ਜਿਹੜੇ ਲੋਕ ਟਮਾਟੋ ਸੌਸ ਖਾਣਾ ਪਸੰਦ ਕਰਦੇ ਹਨ ਉਹਨਾਂ ਨੂੰ ਇਸ ਜਿਹੜੇ ਨੁਕਸਾਨ ਹੈ ਜੇ ਸ਼ਾਇਦ ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਨਹੀਂ ਹੋਏਗੀ ਪਹਿਲਾਂ ਇਸੇ ਕਰਕੇ ਲੋਕ ਇਸ ਨੂੰ ਖੁੱਲਾ ਜਿਆਦਾ ਮਾਤਰਾ ਵਿੱਚ ਸਬਜ਼ੀ ਦੇ ਵਿੱਚ ਪਾਉਂਦੇ ਤਾਂ ਕਿ ਜਿਹੜਾ ਤੜਕਾ ਵਗੈਰਾ ਹੈ ਸਹੀ ਤਰ੍ਹਾਂ ਲਾਲ ਹੋ ਜਾਵੇ ਪੂਰੀ ਤਰ੍ਹਾਂ ਨਾਲ ਤੋ ਦੇਖੀਏ ਜੀ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਇਸ ਦਾ ਕਿਹੜਾ ਬਣਦਾ ਹੈ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਇਸ ਦਾ ਇਹ ਕਿ ਜਿਹੜੇ ਬੰਦੇ ਜਿਆਦਾ ਟਮਾਟਰ ਸਾਸ ਜੜੀਆਂ ਖਾਣੀ ਪਸੰਦ ਕਰਦੇ ਹਨ ਇਹਦੇ ਵਿੱਚ ਕੇਚਪ ਵਗੈਰਾ ਵੀ ਆ ਜਾਂਦਾ ਹੈ ਇਹਨਾਂ ਦੇ ਕੁਝ ਫਾਇਦੇ ਵੀ ਆਪਣੀ ਜਗ੍ਹਾ ਦੇ ਉੱਤੇ ਹੁੰਦੇ ਹਨ ਇਹ ਗੱਲ ਨਹੀਂ ਹੈ ਕਿ ਬਿਲਕੁਲ ਨੁਕਸਾਨ ਹਨ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਖੂਨ ਦੀ ਕਮੀ ਹੋ ਜਾਂਦੀ ਹੈ ਜਿਹੜੇ ਲੋਕ ਇਸ ਦਾ ਜਿਆਦਾ ਮਾਤਰਾ ਦੇ ਵਿੱਚ ਸੇਵਨ ਕਰਦੇ ਹਨ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਕਿਉਂਕਿ ਟਮਾਟਰ ਦੀ ਸਾਸ ਜਦੋਂ ਬਣਾਈ ਜਾਂਦੀ ਤੇ ਤੇ ਦੇ ਵਿੱਚ ਜਿਹੜੇ ਬਹੁਤ ਸਾਰੇ ਕੈਮੀਕਲ ਜਿਹੜੇ ਹਨ ਉਹ ਵੀ ਮਿਲਾਉਣੇ ਪੈਂਦੇ ਹਨ ਤਾਂ ਕਿ ਜਿਹੜੀ ਹੈ ਜੀ ਟਮਾਟੋ ਦੀ ਸਾਸ ਸੇ ਨੂੰ ਮਿੱਠਾ ਕੀਤਾ ਜਾਵੇ ਬਾਕੀ ਇਹਦੇ ਵਿੱਚ 슈ਗਰ ਵਗੈਰਾ ਜਿਹੜੀ ਮਾਤਰਾ ਹੈ ਜੀ ਉਹ ਵੀ ਕਾਫੀ ਜੂਸ ਹੁੰਦੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਟਮਾਟੋ ਸਾਸ ਜਿਹੜੀ ਹੈ ਜੀ ਇਹਨੂੰ ਪਸੂਗੋ ਕਿ ਨੇ ਇਟਾਲੀਅਨ ਭਾਸ਼ਾ ਵਿੱਚ ਇਸ ਦਾ ਜਿਆਦਾ ਤੁਸੀਂ ਅਗਰ ਸੀਵਨ ਕਰਦੇ ਹੋ ਤਾਂ ਇਹਦੇ ਨਾਲ ਜਿਹੜਾ ਪੇਟ ਹੈ ਜੀ ਆਪਣਾ ਪੇਟ ਵੀ ਅੰਦਰੋਂ ਅੰਦਰ ਹੀ ਥੋੜਾ ਬਹੁਤ ਇਸ ਦੇ ਵਿੱਚ ਵੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜਾ ਆਪਣਾ ਪਾਚਨ ਤੰਤਰ ਹੁੰਦਾ ਹੈ ਉਹਦੇ ਵਿੱਚ ਵੀ ਖਰਾਬੀ ਹੋਣੀ ਸ਼ੁਰੂ ਹੁੰਦੀ ਹੈ ਇਹ ਸਾਰਾ ਕੁਝ ਬਹੁਤ ਸਲੋ ਸਲੋ ਸਪੀਡ ਦੇ ਨਾਲ ਹੁੰਦਾ ਤੇ ਬੰਦੇ ਨੂੰ ਕੁਝ ਵੀ ਜਿਹੜਾ ਹੈ ਜੀ ਇੱਕਦਮ ਪਤਾ ਨਹੀਂ ਚੱਲਦਾ ਚਲੋ ਪੇਟ ਦੇ ਵਿੱਚ ਵੀ ਖਰਾਬੀ ਹੋ ਜਾਵੇ ਚੱਲੇਗਾ ਪੇਟ ਦਾ ਜਿਹੜਾ ਪਾਚਨ ਤੰਤਰ ਹੈ ਜੋ ਵੀ ਖਰਾਬ ਹੋ ਜਾਵੇ ਚੱਲਦਾ ਹੈ ਬੰਦਾ ਸਮਝਦਾ ਹੈ ਕਿ ਨਾਰਮਲ ਚਲੋ ਚੀਜ਼ ਹੈ ਠੀਕ ਹੋ ਜਾਏਗਾ ਪਰੰਤੂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਹੱਡੀਆਂ ਹਨ ਉਹਨਾਂ ਦੇ ਵਿੱਚ ਵੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਜੇ ਆਪਾਂ ਟਮਾਟੋ ਦੀ ਸੌਸ ਜਿਹੜੀ ਜ਼ਿਆਦਾ ਖਾਂਦੇ ਆ ਤਾਂ ਇਹਦੇ ਨਾਲ ਹੱਡੀਆਂ ਕਮਜ਼ੋਰ ਹੋਣੇ ਇਦੇ ਵਿੱਚ ਇਸ ਤਰ੍ਹਾਂ ਕਿ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਵਧੀਆ ਤਰੀਕਾ ਉਹ ਹੀ ਹੈ ਜਿਹੜਾ ਕਿ ਪਰਾਚੀਨ ਤਰੀਕਾ ਹੁੰਦਾ ਸੀ ਕਿ ਸਿੱਧਾ ਜਿਹੜਾ ਤੜਕੇ ਦੇ ਵਿੱਚ ਤੁਸੀਂ ਟਮਾਟਰ ਹੀ ਕੱਟ ਕੇ ਸਿੱਟ ਦਿਓ ਤੇ ਉਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਹੁੰਦਾ ਤੇ ਨਾ ਕੋਈ ਹੋਰ ਇਹੋ ਜੀ ਚੀਜ਼ ਬਾਕੀ ਇਸ ਵੀਡੀਓ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਧੰਨਵਾਦ ਜੀ